ਸ਼ਾਸਤਰੀਕਾ ਨੂੰ ਅੱਜ 10 ਨਵੰਬਰ ਦੀਆਂ ਖਾਸ-ਖਾਸ ਖਬਰਾਂ ਦੇ ਵਿਸ਼ੇਸ਼ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਗੱਲ ਕਰਾਂਗੇ ਜੀ ਸ਼ਾਮ ਦੀਆਂ ਤਾਜ਼ਾ ਤਰੀਨ ਖਬਰਾਂ ਬਾਰੇ ਪਰ ਉਸ ਤੋਂ ਪਹਿਲਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵਾਧਦੇ ਹਾਂ ਪਹਿਲੀ ਖਬਰ ਦੇ ਵਾਲਾ ਪਹਿਲੀ ਵੱਡੀ ਖਬਰ ਦੋਸਤੋ ਪੰਜਾਬ ਦੇ ਵਿੱਚ ਬਦਲਿਆ ਸਕੂਲਾਂ ਦਾ ਸਮਾਂ ਵੱਧ ਰਹੀ ਠੰਡ ਕਾਰਨ ਲਿਆ ਵੱਡਾ ਫੈਸਲਾ ਹੁਣ ਸੋਮਵਾਰ ਤੋਂ 8:00 ਵਜੇ ਹੋਵੇਗੀ ਕਰੇਗੀ ਛੁੱਟੀ ਜੀ ਹਾਂ ਦੋਸਤੋ ਦਿਵਾਲੀ ਦੀਆਂ ਛੁੱਟੀਆਂ ਮਗਰੋਂ ਪੰਜਾਬ ਸਰਕਾਰ ਨੇ ਪੰਜਾਬ ਦੇ ਸਕੂਲਾਂ ਬਾਰੇ ਅਹਿਮ ਫੈਸਲਾ ਸੁਣਾ ਦਿੱਤਾ ਹੈ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆ ਗਿਆ ਹੈ ਤੁਹਾਨੂੰ ਦੱਸੇ ਕਿ ਇਹ ਫੈਸਲਾ ਸੂਬੇ ਅੰਦਰ ਵੱਧ ਰਹੀ ਠੰਡ ਦੇ ਮੱਦੇ ਨਜ਼ਰ ਲਿਆ ਗਿਆ ਹੈ ਹੁਣ ਸੋਮਵਾਰ ਤੋਂ ਸਾਰੇ ਸਕੂਲ 9 ਵਜੇ ਖੁੱਲਣਗੇ ਸਿੱਖਿਆ ਵਿਭਾਗ ਦੇ ਵੱਲੋਂ ਇਸ ਸਬੰਧੀ ਲਿਖਤੀ ਹੁਕਮ ਵੀ ਜਾਰੀ ਕੀਤੇ ਗਏ ਨੇ ਹੁਕਮ ਪੰਜਾਬ ਦੇ ਸਰਕਾਰੀ ਅਰਧ ਸਰਕਾਰੀ ਪ੍ਰਾਈਵੇਟ ਅਤੇ ਮਾਨਤਾ ਪ੍ਰਾਪਤ ਸਕੂਲਾਂ ਉੱਤੇ ਲਾਗੂ ਹੋਣਗੇ। ਅਗਲੀ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਦੀਵਾਲੀ ਮੌਕੇ ਵੀ ਸਾੜੀ ਗਈ ਪਰਾਲੀ ਇੱਕੋ ਦਿਨ ਪਰਾਲੀ ਸਾੜਨ ਦੀਆਂ 587 ਘਟਨਾਵਾਂ ਆਈਆਂ ਸਾਹਮਣੇ। ਜੀ ਹਾਂ ਦੋਸਤੋ ਸਰਕਾਰ ਦੀ ਹੁਕਮਾਂ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਪਰਾਲੀ ਸਾੜਨ ਦਾ سلسلہ ਇਸੇ ਤਰ੍ਹਾਂ ਜਾਰੀ ਹੈ। ਲੋਕ ਮਨਾਹੀ ਦੇ ਬਾਵਜੂਦ ਵੀ ਪਰਾਲੀ ਢੜਲੇ ਨਾਲ ਸਾੜ ਰਹੇ ਨੇ। ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਇੱਕ ਵਾਰ ਮੁੜ ਤੋਂ ਵਾਧਾ ਦਰਜ ਕੀਤਾ ਗਿਆ ਇਹ ਦਸਨਯੋਗ ਕਿ ਇੱਕ ਦਿਨ ਵਿੱਚ ਹੀ ਪਰਾਲੀ ਸਾੜਨ ਦੀਆਂ ਕੁੱਲ ਮਿਲਾ ਕੇ 587 ਘਟਨਾਵਾਂ ਸਾਹਮਣੇ ਆ ਚੁੱਕੇ ਨੇ ਇਸੇ ਇਹੀ ਦੌਰਾਨ ਦੀਵਾਲੀ ਦੇ ਚਲਾਈ ਪਟਾਕਿਆਂ ਕਾਰਨ ਵੀ ਪ੍ਰਦੂਸ਼ਣ ਵਿੱਚ ਵਾਧਾ ਦਰਜ ਕੀਤਾ ਗਿਆ ਤੁਹਾਨੂੰ ਦੱਸੀ ਕਿ ਪੰਜਾਬ ਦੇ ਵਿੱਚ ਹੁਣ ਤੱਕ ਪਰਾਲੀ ਸਾੜਨ ਦੀਆਂ 3537 ਘਟਨਾਵਾਂ ਵਾਪਰ ਚੁੱਕੀਆਂ ਨੇ ਅਗਲੀ ਵੱਡੀ ਖਬਰ ਹੈ ਜੇਕਰ ਤੁਹਾਡੇ ਕੋਲ ਵੀ ਹਨ ਇਹ ਪੰਜ ਚੀਜ਼ਾਂ ਤਾਂ ਤੁਰੰਤ ਕਰੋ ਸਰੈਂਡਰ ਆਪਣਾ ਰਾਸ਼ਨ ਕਾਰ ਨਹੀਂ ਤਾਂ ਹੋ ਸਕਦੀ ਹੈ ਜੇਲ੍ਹ ਜੀ ਹਾਂ ਦੋਸਤੋ ਜੇਕਰ ਤੁਹਾਡਾ ਵੀ ਰਾਸ਼ਨ ਕਾਰ ਬਣਿਆ ਹੋਇਆ ਹੈ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਹੀ ਕੰਮ ਦੀ ਹੋ ਸਕਦੀ ਆ ਭਾਵੇਂ ਕਿ ਰਾਸ਼ਨ ਕਾਰ ਸਕੀਮ ਗਰੀਬਾਂ ਤੇ ਲੋੜਵੰਦਾਂ ਲਈ ਬਣਾਈ ਗਈ ਆ ਪਰ ਬਹੁਤ ਸਾਰੇ ਲੋਕਾਂ ਨੇ ਲਾਲਚ ਦੇ ਚਲਦਿਆਂ ਯੋਗ ਨਾ ਹੋਣ ਦੇ ਬਾਵਜੂਦ ਵੀ ਆਪਣੇ ਰਾਸ਼ਨ ਕਾਰਡ ਬਹਾਰ ਰੱਖੇ ਨੇ ਜੇਕਰ ਤੁਸੀਂ ਜਾਂ ਫਿਰ ਤੁਹਾਡੇ ਕਿਸੇ ਕਰੀਬੀ ਨੇ ਅਜਿਹਾ ਕੰਮ ਕੀਤਾ ਹੈ ਤਾਂ ਸਾਵਧਾਨ ਹੋ ਜਾਓ ਕਿਉਂਕਿ ਸਰਕਾਰ ਦੇਸ਼ ਭਰ ਦੇ ਵਿੱਚ ਰਾਸ਼ਨ ਕਾਰਡ ਧਾਰਕਾਂ ਦੀ ਰੀ-ਵੇਰੀਫਿਕੇਸ਼ਨ ਕਰਵਾ ਰਹੀ ਹੈ ਅਤੇ ਜੇਕਰ ਤੁਸੀਂ ਫੜੇ ਜਾਂਦੀ ਹੋ ਤਾਂ ਤੁਹਾਨੂੰ ਜੁਰਮਾਨਾ ਤੇ ਜੇਲ੍ਹ ਦੋਵੇਂ ਹੋ ਸਕਦੀਆਂ ਨੇ ਧਰੈਸਾੜਾ ਰਾਸ਼ਨ ਕਾਰਡ ਰਾਸ਼ਨ ਕਾਰਡ ਬਣਾਉਣ ਦੇ ਕੁਝ ਨਿਯਮ ਹਨ ਜੇਕਰ ਇਹਨਾਂ ਨਿਯਮਾਂ ਤੇ ਯੋਗਤਾਵਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਸਮੱਸਿਆਵਾਂ ਪੈਦਾ ਹੋ ਜਾਣਗੀਆਂ ਦੇਸ਼ ਵਿੱਚ ਲੱਖਾਂ ਲੋਕਾਂ ਨੇ ਨਿਯਮਾਂ ਦੇ ਉਲਟ ਰਾਸ਼ਨ ਕਾਰਡ ਬਣਾ ਰੱਖੇ ਨੇ ਹੁਣ ਸਰਕਾਰ ਇਹਨਾਂ ਦੀ ਜਾਂਚ ਕਰ ਰਹੀ ਹੈ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਸਖਤ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੋਂ ਲੋਕਾਂ ਨੂੰ ਮਿਲੀ ਬਹੁਤ ਵੱਡੀ ਰਾਹਤ ਆ ਪੰਜਾਬ ਦਾ 18ਵਾਂ ਟੋਲ ਪਲਾਜ਼ਾ ਵੀ ਹੋਇਆ ਬੰਦ ਜੀ ਹਾਂ ਦੋਸਤੋ ਪੰਜਾਬ ਸਰਕਾਰ ਨੇ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਇੱਕ ਹੋਰ ਟੋਲਪਲਾਜ਼ਾ ਮੁਫਤ ਕਰਵਾ ਦਿੱਤਾ ਹੈ ਖੁਸ਼ੀ ਦੀ ਗੱਲ ਇਹ ਹੈ ਕਿ ਹੁਣ ਤੱਕ ਪੰਜਾਬ ਦੇ ਵਿੱਚ ਕੁੱਲ ਮਿਲਾ ਕੇ 18 ਟੋਲਪਲਾਜ਼ਾ ਬੰਦ ਕਰਵਾ ਦਿੱਤੇ ਗਏ ਨੇ ਪਿਆਲਾ ਨਾਬਾ ਮਲੇਕਕੋਟਲਾ ਤੇ ਮਹਰਾਨਾ ਤੇ ਕਲਿਆਣ ਸਥਿਤ ਟੋਲਪਲਾਜ਼ਾਂ ਤੇ ਰੋਡ ਯੂਜ਼ਰ ਫੀਸ ਦੀ ਵਸੂਲੀ ਬੰਦ ਕਰ ਦਿੱਤੀ ਗਈ ਹੈ ਇਹਨਾਂ ਦੋਨਾਂ ਟੋਲਪਲਾਜ਼ਾਂ ਤੋਂ ਪ੍ਰਤੀ ਦਿਨ ਕੁੱਲ ਮਿਲਾ ਕੇ 87 ਲੱਖ ਰੁਪਏ ਮਹੀਨਾ ਪ੍ਰਾਪਤ ਹੁੰਦੇ ਸੀ ਅਗਲੀ ਵੱਡੀ ਖਬਰ ਦੋਸਤੋ ਪੰਜਾਬ ਦੇ ਵਿੱਚ ਮੁਰ ਤੋਂ ਲਗਾਤਾਰ ਤਿੰਨ ਛੁੱਟੀਆਂ ਸਕੂਲ ਕਾਲਜ ਅਤੇ ਸਰਕਾਰੀ ਦਾਰੇ ਰਹਿਣਗੇ ਬੰਦ। ਜੀ ਹਾਂ ਦੋਸਤੋ ਵੱਡੀ ਖਬਰ ਹੈ ਪੰਜਾਬ ਦੇ ਬੱਚੇ ਨਵੰਬਰ ਮਹੀਨੇ ਵਿੱਚ ਦੀਵਾਲੀ ਦਾ ਤਿਉਹਾਰ ਮਨਾਉਣ ਤੋਂ ਬਾਅਦ ਵੀ ਕਈ ਛੁੱਟੀਆਂ ਆਉਣ ਵਾਲੀਆਂ ਨੇ ਜਿਸ ਦੇ ਚਲਦਿਆਂ ਸਕੂਲ ਕਾਲਜ ਅਤੇ ਸਰਕਾਰੀ ਦਾਰੇ ਬੰਦ ਰਹਿਣਗੇ। ਛੁੱਟੀ ਦਾ ਸਭ ਤੋਂ ਜ਼ਿਆਦਾ ਚਾਹ ਬੱਚਿਆਂ ਦੇ ਵਿੱਚ ਹੁੰਦਾ ਕਿਉਂਕਿ ਜੇ ਤਿਉਹਾਰ ਮੌਕੇ ਛੁੱਟੀ ਨਾ ਹੋਵੇ ਤਾਂ ਤਿਉਹਾਰ ਨੂੰ ਮਨਾਉਣ ਦਾ ਚਾਹ ਅਧੂਰਾ ਜਿਹਾ ਜਾਪਦਾ ਹੈ। ਪੰਜਾਬ ਸਰਕਾਰ ਦੇ ਮੁਤਾਬਕ ਐਲਾਨੀ ਗਈ ਛੁੱਟੀਆਂ ਦੀ ਸੂਚੀ ਅਨੁਸਾਰ 15 ਨਵੰਬਰ ਦਿਨ ਸ਼ੁੱਕਰਵਾਰ ਨੂੰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ ਜਿਸ ਦਿਨ ਛੁੱਟੀ ਹੋਵੇਗੀ ਇਸ ਤੋਂ ਬਾਅਦ 16 ਨਵੰਬਰ ਦਿਨ ਸ਼ਨੀਵਾਰ ਨੂੰ ਸ਼ਹੀਦ 에 ਕਰਤਾਰ ਸਿੰਘ ਸਰਾਭਾ ਜੀ ਦਾ ਸ਼ਹੀਦੀ ਦਿਹਾੜਾ ਹੈ ਜਿਸ ਕਾਰਨ ਪੰਜਾਬ ਸਰਕਾਰ ਨੇ ਛੁੱਟੀ ਦਾ ਐਲਾਨ ਕੀਤਾ ਹੈ ਇਸ ਤੋਂ ਬਾਅਦ 17 ਨਵੰਬਰ ਨੂੰ ਐਤਵਾਰ ਆ ਚੁੱਕਿਆ ਹੈ ਜਿਸ ਕਾਰਨ ਆਪਨੀ ਆਪ ਹੀ ਛੁੱਟੀ ਹੋ ਜਾਵੇਗੀ ਇਸ ਲਈ 15 16 ਤੇ 17 ਨਵੰਬਰ ਪੰਜਾਬ ਦੇ ਵਿੱਚ ਲਗਾਤਾਰ ਤਿੰਨ ਛੁੱਟੀਆਂ ਹੋਣਗੀਆਂ ਅਤੇ ਇਹਨਾਂ ਛੁੱਟੀਆਂ ਦੇ ਚੱਲਦਿਆਂ ਪੰਜਾਬ ਦੇ ਸਾਰੇ ਸਕੂਲ ਕਾਲਜ ਅਤੇ ਸਰਕਾਰੀ ਦਾਰੇ ਬੰਦ ਰਹਿਣਗੇ ਅਗਲੀ ਵੱਡੀ ਖਬਰ ਹੈ ਮੌਸਮ ਵਿੱਚ ਹੋ ਸਕਦਾ ਹੈ ਬਦਲਾਅ ਕਿਸਾਨਾਂ ਲਈ ਖਤਰੇ ਦੀ ਘੰਟੀ ਨਵੰਬਰ ਮਹੀਨੇ ਵਿੱਚ ਵੀ 32 ਡਿਗਰੀ ਪਾਰਾ ਜੀ ਹਾਂ ਦੋਸਤੋ ਮੌਸਮ ਬਦਲਾਅ ਕਿਸਾਨਾਂ ਲਈ ਖਤਰੇ ਦੀ ਘੰਟੀ ਬਣ ਚੁੱਕਿਆ ਹੈ ਇਸ ਦਾ ਅਸਰ ਪੰਜਾਬ ਅੰਦਰ ਖਾਸ ਤੌਰ ਤੇ ਦੇਖਿਆ ਜਾ ਸਕਦਾ ਹੈ ਪਹਿਲਾਂ ਬਰਸਾਤ ਨਾ ਹੋਣ ਕਰਨਾ ਝੋਨੇ ਦੀ ਲਵਾਈ ਲੇਟ ਹੋਈ ਤੇ ਵੜਾਈ ਵੀ ਲੇਟ ਹੋਈ ਅਤੇ ਹੁਣ ਨਵੰਬਰ ਮਹੀਨੇ ਵਿੱਚ ਵੀ ਗਰਮੀ ਜਾਣ ਦਾ ਨਾਮ ਨਹੀਂ ਲੈ ਰਹੀ ਨਵੰਬਰ ਮਹੀਨਾ ਚੜ ਗਿਆ ਹੈ ਪਰ ਪਾਰਾ 32 ਡਿਗਰੀ ਤੋਂ ਹੇਠਾ ਨਹੀਂ ਆ ਰਿਹਾ ਜੇਤੇ ਚਾਲਦੇ ਆ ਕਿਸਾਨ ਕਣਕ ਦੀ ਬਜਾਈ ਕਰਨ ਤੋਂ ਝਿਜਕ ਰਹੇ ਨੇ ਉਹਨਾਂ ਨੂੰ ਇਹ ਵੀ ਡਰ ਹੈ ਕਿ ਕਣਕ ਦੀ ਲੇਟ ਬਜਾਈ ਹੁਣ ਕਰਨ ਛਾੜ ਘਟੇਗਾ